ਗੁਰਦਾਸ ਵਲੋਗ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਗਰਮੀਆਂ ਸਟਾਰਟ ਹੋ ਗਈਆਂ ਨੇ, ਅਤੇ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਚੀਜ਼ ਦਿਲ ਕਰਦਾ ਹੈ ਚੀਜ਼ ਠੰਡੀ ਖਾਣ ਨੂੰ। ਅਤੇ ਇਹਦੇ ਵਾਸਤੇ ਅੱਜ ਆਪਾਂ ਬਣਾਵਾਂਗੇ ਜੀ ਕੌਫੀ। ਕੌਫੀ ਆਪਾਂ ਕਿਹੜੀ ਬਣਾਵਾਂਗੇ, ਨਾਲੇ ਤੁਹਾਨੂੰ ਸਮਾਨ ਦੱਸ ਦਿੰਦੇ ਹਾਂ ਅਤੇ ਨਾਲੇ ਤੁਹਾਨੂੰ ਦੱਸ ਦਿੰਦੇ ਹਾਂ ਜੀ ਕੌਫੀ ਅਤੇ ਸਮਾਨ ਇੱਥੇ ਆਪਾਂ ਲਿਆ ਜੀ। ਅੱਜ ਆਪਾਂ ਬਣਾਵਾਂਗੇ ਜੀ ਕੌਫੀ, ਅਤੇ ਕੌਫੀ ਵਾਸਤੇ ਆਪਾਂ ਇੱਥੇ ਲਿਆ ਜੇ ਦੁੱਧ, ਲਿਆ ਜੇ ਖੰਡ ਲਈ ਜੇ, ਅਤੇ ਨਾਲੇ ਲਏ ਨੇ ਕੇਲੇ, ਅਤੇ ਨਾਲੇ 2 ਪਾਊਚ ਲਏ ਨੇ ਆਪਾਂ ਕੌਫੀ ਦੇ। ਅਤੇ ਕੌਫੀ ਅੱਜ ਬਣਾਵਾਂਗੇ ਜੀ ਬਨਾਨਾ ਕੋਲਡ ਕੌਫੀ, ਅਤੇ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਅਤੇ ਬਹੁਤ ਹੀ ਘੱਟ ਸਮੇਂ ਵਿੱਚ 2-3 ਮਿੰਟਾਂ ਵਿੱਚ ਬਣ ਕੇ ਕੌਫੀ ਤਿਆਰ ਹੋ ਜਾਂਦੀ ਆ, ਅਤੇ ਪੀਣ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ। ਜਿਹੜੀ ਮਤਲਬ ਕਿ ਹੋਟਲਾਂ ਵਿੱਚ, ਕੈਫਿਆਂ ਵਿੱਚ ਮਿਲਦੀ ਹੈ ਨਾ ਕੌਫੀ, ਉਹ ਕੌਫੀ ਅੱਜ ਆਪਾਂ ਘਰ ਵਿੱਚ ਹੀ ਬਣਾਵਾਂਗੇ। ਮਹਿੰਗੇ ਭਾਅ ਦੀ ਬਾਹਰੋਂ ਮਿਲਣ ਵਾਲੀ ਕੌਫੀ ਨੂੰ ਅੱਜ ਆਪਾਂ ਬਿਲਕੁਲ ਘੱਟ ਰੇਟ ਦੇ ਵਿੱਚ ਘਰ ਹੀ ਬਣਾਵਾਂਗੇ। ਕੌਫੀ ਬਣਾਉਣ ਵਾਸਤੇ ਆਪਾਂ ਇੱਥੇ ਲਵਾਂਗੇ ਜੀ ਪਹਿਲਾਂ ਕੇਲੇ। ਕੇਲਿਆਂ ਦੀ ਕਰਾਂਗੇ ਜੀ ਕਟਿੰਗ, ਅਤੇ ਆਪਾਂ ਇਹ 2 ਮੈਂਬਰਾਂ ਵਾਸਤੇ ਕੌਫੀ ਬਣਾਵਾਂਗੇ, ਅਤੇ ਤੁਸੀਂ ਉਹਦੇ ਹਿਸਾਬ ਨਾਲ ਦੁੱਧ ਅਤੇ ਕੌਫੀ ਅਤੇ ਕੇਲਿਆਂ ਦੀ ਵਰਤੋਂ ਕਰ ਸਕਦੇ ਹੋ। ਅਤੇ ਕੇਲਿਆਂ ਨੂੰ ਪਹਿਲਾਂ ਛਿੱਲ ਕੇ ਅਤੇ ਇਹਨਾਂ ਦੇ ਛੋਟੇ ਛੋਟੇ ਆਪਾਂ ਪੀਸ ਕੱਟ ਲਾਂਗੇ। ਮੋਟੇ ਕੇਲੇ ਨਹੀਂ ਆਪਾਂ ਇਹਦੇ 'ਚ ਪੀਸ ਕੱਟਣੇ, ਕਿਉਂਕਿ ਮੋਟੇ ਮੋਟੇ ਨਾ ਫਿਰ ਮੂੰਹ 'ਚ ਆਉਂਦੇ ਨੇ, ਉਹ ਵਧੀਆ ਨਹੀਂ ਲੱਗਦੇ। ਅਤੇ ਇਹਨਾਂ ਦੇ ਬਰੀਕ ਬਰੀਕ ਕਰ ਲੈਂਦੇ ਹਾਂ ਜੀ ਪੀਸ। ਆਪਾਂ ਇੱਥੇ ਪਾਵਾਂਗੇ ਜੀ 2 ਕੇਲੇ ਕੱਟ ਕੇ। ਕੇਲਿਆਂ ਦੀ ਕਟਿੰਗ ਕਰ ਲਈ ਹੈ, ਅਤੇ ਹੁਣ ਇਹਨੂੰ ਆਪਾਂ ਇੱਕ ਪਤੀਲੇ ਵਿੱਚ ਪਾ ਲੈਂਦੇ ਹਾਂ। ਤੁਸੀਂ ਕੋਈ ਵੀ ਭਾਂਡਾ ਲੈ ਸਕਦੇ ਹੋ। ਅਤੇ ਅੱਜ ਜਿਹੜੀ ਆਪਾਂ ਇਹ ਕੌਫੀ ਬਣਾਉਣੀ ਆ, ਇਹ ਆਪਾਂ ਹੈਂਡ ਬਲੈਂਡਰ ਦੇ ਨਾਲ ਬਣਾਵਾਂਗੇ, ਬਹੁਤ ਵਧੀਆ ਬਣਦੀ ਹੈ। ਤੁਸੀਂ ਮਿਕਸੀ ਵਿੱਚ ਵੀ ਬਣਾ ਸਕਦੇ ਹੋ। ਅਤੇ ਨਾਲ ਹੀ ਇੱਥੇ ਪਾਵਾਂਗੇ ਜੀ ਆਪਾਂ ਖੰਡ। ਖੰਡ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ, ਤੁਹਾਨੂੰ ਜਿੰਨਾ ਮਿੱਠਾ ਪਸੰਦ ਹੈ ਤੁਸੀਂ ਪਾ ਸਕਦੇ ਹੋ। ਅਤੇ ਇੱਥੇ ਪਾਵਾਂਗੇ ਆਪਾਂ 4 ਚਮਚੇ ਪਾਵਾਂਗੇ ਜੀ ਖੰਡ ਦੇ। ਇਹ ਚਮਚ ਬਹੁਤਾ ਨੋਰਮਲ ਸਾਈਜ਼ ਦਾ ਹੀ ਹੈ, ਬਹੁਤਾ ਵੱਡਾ ਨਹੀਂ ਹੈਗਾ। ਅਤੇ ਨਾਲ ਹੀ ਆਪਾਂ ਇੱਥੇ ਪਾਵਾਂਗੇ ਜੀ 1 ਪਾਊਚ ਪਾਵਾਂਗੇ ਆਪਾਂ ਕੌਫੀ ਦਾ, ਕਿਉਂਕਿ ਇਹਦੇ ਵਿੱਚ 2 ਕੁ ਚਮਚੇ ਹੁੰਦੇ ਨੇ, ਅਤੇ ਆਪਾਂ 2 ਚਮਚੇ ਕੌਫੀ ਦੇ ਪਾਉਣੇ ਆ। ਅਤੇ ਕੌਫੀ ਨੂੰ ਵੀ ਆਪਾਂ ਪਾ ਦਾਂਗੇ, ਆਪਾਂ ਸਾਰਾ ਪੈਕਟ ਪਾ ਦਿੱਤਾ। ਅਤੇ ਹੁਣ ਨਾਲ ਹੀ ਇੱਥੇ ਪਾ ਦਾਂਗੇ ਆਪਾਂ ਦੁੱਧ। ਦੁੱਧ ਪਹਿਲਾਂ ਆਪਾਂ ਥੋੜ੍ਹਾ ਪਾਵਾਂਗੇ। ਅਤੇ ਹੁਣ ਇਹਨੂੰ ਇੱਥੇ ਆਪਾਂ ਹੈਂਡ ਬਲੈਂਡਰ ਦੇ ਨਾਲ ਇਹਨੂੰ ਕੌਫੀ ਨੂੰ ਕਰਾਂਗੇ ਜੀ ਤਿਆਰ। ਕੇਲੇ ਨਾ ਜਿਹੜੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਹੈਂਡ ਬਲੈਂਡਰ ਨਾਲ। ਹੁਣ ਇੱਥੇ ਪਾ ਦਾਂਗੇ ਜੀ ਥੋੜ੍ਹਾ ਜਿਹਾ ਦੁੱਧ ਆਪਾਂ ਹੋਰ। ਲਓ ਜੀ ਕੌਫੀ ਆਪਣੀ ਤਿਆਰ ਹੋ ਗਈ ਆ। ਹਾਂਜੀ ਕੋਲਡ ਕੌਫੀ ਆਪਣੀ ਬਿਲਕੁਲ ਹੋ ਗਈ ਜੀ ਤਿਆਰ, ਅਤੇ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਗਲਾਸਾਂ ਵਿੱਚ ਅਤੇ ਕਰਾਂਗੇ ਸਰਵ। ਅਤੇ ਥੋੜ੍ਹੇ ਥੋੜ੍ਹੇ ਪਾ ਦਾਂਗੇ ਜੀ ਆਪਾਂ ਬਦਾਮਾਂ ਦੇ ਕਤਰਨ ਬਦਾਮਾਂ ਦੀ। ਤੁਸੀਂ ਚਾਹੋ ਤਾਂ ਇੱਥੇ ਕੋਕੋ ਪਾਊਡਰ ਵੀ ਪਾ ਸਕਦੇ ਹੋ। ਅਤੇ ਆਪਾਂ ਇੱਥੇ ਪਾਵਾਂਗੇ ਜੀ ਥੋੜੀ ਜਿਹੀ ਬਦਾਮਾਂ ਦੀ ਕਤਰਨ, ਕੱਦੂਕਸ਼ ਕੀਤੇ ਹੋਏ ਬਦਾਮ। ਅਤੇ ਲਓ ਜੀ ਆਪਣੀ ਬਨਾਨਾ ਕੋਲਡ ਕੌਫੀ ਬਣ ਕੇ ਹੋ ਗਈ ਜੀ ਬਿਲਕੁਲ ਤਿਆਰ। ਗਰਮੀ ਵਿੱਚ ਪੀ ਕੇ ਇਹਨੂੰ ਕਰੋ ਤੁਸੀਂ ਇੰਜੋਏ। ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।